ਹੱਕ ਹੱਕ ਅਗਾ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਾਂਜੀ ਤੇ ਗੁੱਡ ਮਾਰਨਿੰਗ ਹੋ ਗਈ ਹੈ ਸਾਡੀ ਤੇ ਸਾਰੇ ਉੱਠ ਗਏ ਨੇ ਤੇ ਆਪਾਂ ਦਰਸ਼ਨ ਕਰਕੇ ਕੱਲ ਆ ਗਏ ਸੀ ਵਧੀਆ ਤੇ ਬੈਗ ਜਿਹੜਾ ਸਾਡਾ ਗੁੰਮਿਆ ਸੀ ਹਜੇ ਤੱਕ ਨਹੀਂ ਮਿਲਿਆ, ਕਿਤੋਂ ਕੁਝ ਪਤਾ ਲੱਗ ਨਹੀਂ ਪਾ ਰਿਹਾ ਕਿ ਉਹ ਕਿੱਥੇ ਗਿਆ। ਇੱਕ ਦੋ ਬੰਦਿਆਂ ਨੂੰ ਪੁੱਛਿਆ ਵੀ, ਗੁਰਦੁਆਰੇ ਵੀ ਗਏ, ਸਾਰਾ ਕੁਝ ਕਰ ਲਿਆ ਬਟ ਨਹੀਂ ਮਿਲਿਆ। ਤੇ ਆਪਣਾ ਰੂਮ ਖਾਲੀ ਹੋ ਚੁੱਕਿਆ ਤੇ ਸਾਰੇ ਰੈਡੀ ਹੋ ਗਏ ਨੇ ਤੇ ਆਪਾਂ ਹੁਣ ਨਿਕਲਦੇ ਹਾਂ ਥੱਲੇ ਵਾਸਤੇ ਗੋਬਿੰਦ ਘਾਟ ਵਾਪਿਸ, ਕਿਉਂਕਿ ਹੁਣ ਤੇ ਆਪਾਂ ਦਰਸ਼ਨ ਕਰ ਲਏ ਕੱਲ੍ਹ ਵਧੀਆ ਮਸਤ ਦਰਸ਼ਨ ਵਧੀਆ ਹੋ ਗਏ, ਬਟ ਇੱਕ ਕੋਈ ਬੀਟੀ ਹੋ ਗਈ ਕਿ ਆਪਣਾ ਬੈਗ ਹੁਣ ਪਤਾ ਨਹੀਂ ਕਿੰਨੇ ਚੱਕਿਆ, ਜੋ ਵੀ ਹੋਇਆ ਰੱਬ ਜਾਣੇ। ਅਤੇ ਤੁਹਾਡੇ ਵਾਸਤੇ ਇੱਕ ਸੁਜੈਸ਼ਨ ਹੈ ਕਿ ਜਿਹਨੂੰ ਵੀ ਅਗਰ ਤੁਸੀਂ ਆਪਣਾ ਬੈਗ ਦੇ ਰਹੇ ਤਾਂ ਕਾਊਂਟ ਕਰਾ ਕੇ ਹੀ ਦਿਓ, ਕਿਉਂਕਿ ਕਰਾ ਕੇ ਤੇ ਉਹਦਾ ਆਈਡੀ ਕਾਰਡ ਜਿਹੜਾ ਹੁੰਦਾ ਉਹਦੀ ਪਿਕ ਕਲਿੱਕ ਕਰੋ, ਉਹਦੀ ਸ਼ਕਲ ਦੀ ਪਿਕ ਕਲਿੱਕ ਕਰੋ, ਪਿੱਠੂ ਦੀ, ਹਾਂ ਪਿੱਠੂ ਦੀ ਨਹੀਂ, ਉੱਥੇ ਆਈਡੀ ਕਾਰਡ ਦੇ ਉੱਤੇ ਸਾਰੀ ਉਹਦਾ ਨਵ ਫੋਟੋ ਹੈਗੀ ਆਈਡੀ ਕਾਰਡ ਤੇ। ਕੀ ਭਰੋਸਾ ਹੈ ਕਿਸੇ ਹੋਰ ਦਾ ਆਈਡੀ ਕਾਰਡ ਪਾਇਆ ਹੋਏ? ਨਹੀਂ ਨਹੀਂ, ਗਵਰਨਮੈਂਟ ਅਪਰੂਵਡ ਨੇ ਉਹ, ਠੀਕ ਹੈ। ਤੇ ਤੁਸੀਂ ਉਹਨਾਂ ਨੂੰ ਦੱਸ ਦਿਓ ਕਿ ਬਈ ਇੰਨੇ ਬੈਗ ਨੇ ਸਾਡੇ ਤੇ ਇੰਨੇ ਹੀ ਚਾਹੀਦੇ ਨੇ ਤੇ ਕੁਛ ਹੁੰਦਾ ਤੇ ਤੇਰੀ ਗਰੰਟੀ ਹੈ ਤੇ, ਕਿਉਂਕਿ ਉਹ ਤੇ ਮੁੱਕਰ ਗਿਆ ਕਹਿੰਦਾ ਆਪ ਵੀ ਤੁਮੇ ਹੀ ਬੈਠੇ ਤੇ ਮੇਰੇ ਕੋਲ ਨਹੀਂ ਪਤਾ। ਤੁਹਾਨੂੰ ਦੇਖਦੇ ਹਾਂ ਲਾਸਟ ਟਾਈਮ ਗੁਰਦੁਆਰੇ ਜਾਂਦੇ ਹਾਂ ਗੋਬਿੰਦ ਧਾਮ ਤੇ ਵੇਖਦੇ ਹਾਂ ਜੇ ਉੱਥੇ ਮੈਨੂੰ ਮਿਲ ਗਿਆ ਤੇ ਵਧੀਆ, ਫਿਰ ਜਾਂਦੇ ਫਿਰ ਘਰ ਵਾਪਿਸ, ਕੀ ਕਰ ਸਕਦੇ ਹਾਂ, ਹੈ ਨਾ ਬਈ। ਕਿਆ ਕਰ ਸਕਦੇ, ਉਹ ਹੈਂਕੀ ਬਲੈਕ ਵਾਲਾ ਵੀ ਵਹੀਂ ਰਹਿ ਗਿਆ ਉਸ ਵਿੱਚ। ਕਿਹੜਾ ਬਲੈਕ ਹੈਂਕੀ? ਗਗਨ ਲਾਲੀ ਵਾਲਾ ਹੋ ਗਿਆ, ਗਗਨ ਲਾਲੀ ਵਾਲਾ ਛੋਟੀ ਪੱਚੀ ਹੋ ਗਿਆ ਤੂੰ ਸਹਿਜ ਭੱਜ ਗਈ। ਚਲੋ ਜੀ ਫਿਰ ਆਪਾਂ ਚੱਲਦੇ ਹਾਂ ਥੱਲੇ, ਕੁਛ ਖਾਂਦੇ ਪੀਂਦੇ ਹਾਂ, ਬ੍ਰੇਕਫਾਸਟ ਕਰਦੇ ਹਾਂ, ਫਿਰ 10 ਕਿਲੋਮੀਟਰ ਦਾ ਟਰੈਕ ਹੈਗਾ ਥੱਲੇ ਜਾਣ ਦਾ ਤੇ ਦੇਖਦੇ ਹਾਂ ਕੁਛ ਮਿਲੇਗਾ ਤੇ ਕਰਾਂਗੇ ਰਿਕਾਰਡ, ਅਦਰਵਾਈਜ਼ ਤੁਹਾਨੂੰ ਉੱਪਰ ਜਾਣ ਦਾ ਤਾਂ ਪੂਰਾ ਟਰੈਕ ਮੈਂ ਦਿਖਾ ਦਿੱਤਾ ਸੀਗਾ। ਚਲੋ ਫਿਰ ਚੱਲਦੇ ਹਾਂ। ਫਾਈਨਲੀ ਸਾਨੂੰ ਬੈਗ ਮਿਲ ਗਿਆ, ਮਤਲਬ ਅਸੀਂ ਤਾਂ ਇੱਕਦਮ ਹੋਪਲੈਸ ਹੋਏ ਹੋਏ ਸੀ ਕਿਉਂਕਿ ਇਹਦੇ ਲੈਂਸਿਸ ਦਾ ਜਿਹੜਾ ਕੇਸ ਸੀ ਨਾ ਉਹ ਇਹਦੇ ਅੰਦਰ ਸੀ ਰਾਤ। ਫਿਰ ਅਸੀਂ ਕੀ ਕੀਤਾ, ਮਤਲਬ ਜੋ ਬੋਟਲ ਦਾ ਢੱਕਣ ਹੁੰਦਾ ਨਾ ਉਹਨੂੰ ਉਲਟਾ ਕਰਕੇ ਉਹਦੇ 'ਚ ਪਾਣੀ ਪਾ ਕੇ ਉਹਦੇ 'ਚ ਲੈਂਸਿਸ ਰੱਖ ਲਏ। ਔਰ ਮਿਲਿਆ ਸਾਨੂੰ ਗੁਰਦੁਆਰਾ ਸਾਹਿਬ ਦੇ ਆਫਿਸ ਤੋਂ ਇਹ, ਕੋਈ ਅੰਦਰ ਕੋਈ ਬੰਦਾ ਰੱਖ ਗਿਆ ਸੀ। ਹੁਣ ਸਾਨੂੰ ਤਾਂ ਆਈਡੀਆ ਨਹੀਂ ਸੀ ਕਿੰਨੇ ਕੀ ਕੀਤਾ ਰੱਬ ਜਾਣੇ। ਅਤੇ ਇਹ ਹੈਗਾ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਗੋਬਿੰਦ ਧਾਮ। ਅਤੇ ਚੱਲਦੇ ਹਾਂ ਥੋੜ੍ਹੇ ਅੰਦਰ, ਦਿਖਾਉਣਾ ਤੁਹਾਨੂੰ ਗੁਰਦੁਆਰਾ ਮੈਂ ਇੱਕ ਮਿੰਟ। ਸੋ ਜੀ ਜਿੱਦਾਂ ਹੀ ਆਪਾਂ ਐਂਟਰ ਕਰਦੇ ਹਾਂ ਰਾਈਟ ਸਾਈਡ 'ਤੇ ਆਪਣਾ ਗੁਰਦੁਆਰਾ ਸਾਹਿਬ ਹੈ, ਠੀਕ ਹੈ। ਇੱਧਰ ਦਰਬਾਰ ਹਾਲ ਹੈਗਾ ਜੋ ਕਿ ਇਹ ਸਾਹਮਣੇ ਬਣਿਆ ਹੋਇਆ ਦਰਬਾਰ ਹਾਲ ਹੈ। ਅਤੇ ਹੋਰ ਅੱਗੇ ਜਾਂਦੇ ਹਾਂ ਆਪਾਂ, ਜਿੱਦਾਂ ਹੀ ਇੱਥੇ ਲੈਫਟ ਸਾਈਡ 'ਤੇ ਆਪਣਾ ਹੈਗਾ ਲੰਗਰ ਹਾਲ। ਅਤੇ ਇੱਥੇ ਬਣਿਆ ਹੋਇਆ ਹੈ ਦਰਖਤ ਜਿੱਥੇ ਜਿਹੜਾ ਹੇਮਕੁੰਡ ਸਾਹਿਬ ਸੀ ਇਹਦੀ ਖੋਜ ਕੀਤੀ ਸੀ ਬਾਬਾ ਮੋਦਕ ਸਿੰਘ ਜੀ ਨੇ, ਜਿਨ੍ਹਾਂ ਦਾ ਸਾਹਮਣੇ ਬਾਬਾ ਮੋਦਕ ਸਿੰਘ ਹਾਲ ਵੀ ਬਣਿਆ ਹੋਇਆ। ਅਤੇ ਇੱਥੇ ਲਿਖਿਆ ਹੋਇਆ ਦੇਖੋ ਤੁਸੀਂ ਰੀਡ ਕਰ ਸਕਦੇ ਹੋ, ਸਤਿਗੁਰ ਪ੍ਰਸਾਦ ਸਾਧ ਸੰਗਤ ਜੀ ਹੈ ਉਹ ਦਰਖਤ ਹੈ ਜਿਸ ਵਿੱਚ ਬਾਬਾ ਮੋਦਨ ਸਿੰਘ ਜੀ ਦੀ ਰਿਹਾਇਸ਼ ਸੀ, ਜਿਨ੍ਹਾਂ ਨੇ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਖੋਜ ਕੀਤੀ। ਸੋ ਜੀ ਇਹ ਬਣਿਆ ਹੋਇਆ, ਮਤਲਬ ਉੱਪਰ ਜਿਵੇਂ ਉਸ ਟਾਈਮ 'ਤੇ ਇੱਥੇ ਜੰਗਲ ਹੀ ਹੁੰਦਾ ਸੀ ਅਤੇ ਉੱਪਰ ਇਹਨਾਂ ਨੇ ਖੋਜ ਕੀਤੀ ਸੀ ਬਾਬਾ ਮੋਦਨ ਸਿੰਘ ਜੀ ਨੇ।
ਇਹ ਪੂਰਾ ਬਣਿਆ ਹੋਇਆ ਇੱਥੇ ਦੇਖੋ। ਅਤੇ ਇਹਦੇ ਅੰਦਰ ਆ ਕੇ ਉਹ ਸਟੇਅ ਕਰਦੇ ਸੀ ਰਾਤ ਨੂੰ, ਮਤਲਬ ਬਚਣ ਵਾਸਤੇ, ਆਪਣਾ ਜਾਨਵਰਾਂ ਤੋਂ ਬਚਣ ਵਾਸਤੇ ਇੱਥੇ ਉਹ ਸਟੇਅ ਕਰਦੇ ਹੁੰਦੇ ਸੀਗੇ ਰਾਤ ਨੂੰ ਆ ਕੇ। ਦੇਖ ਲਓ ਇੱਥੋਂ ਦੀ 6 ਕਿਲੋਮੀਟਰ ਉੱਪਰ ਹੈ, ਅਤੇ ਅੱਜ ਤੋਂ ਕਿੰਨੇ ਸਾਲ ਪਹਿਲੇ 1937 ਵਿੱਚ ਇਸ, ਦੇਖੋ ਤੁਸੀਂ ਰੋਕ ਕੇ ਪੜ੍ਹ ਸਕਦੇ ਹੋ, ਵਾਹਿਗੁਰੂ ਜੀ ਕਾ ਖਾਲਸਾ। ਸੋ ਜੀ ਇਹ ਪੂਰਾ ਇਹ ਦਰਖਤ ਹੈਗਾ, ਇਹਦੇ ਥੱਲੇ ਉਹ ਰੋਜ਼ ਆਪਣਾ ਸਵੇਰੇ ਜਾਂਦੇ ਸੀ, ਉੱਪਰ 6 ਕਿਲੋਮੀਟਰ ਸੇਵਾ ਕਰਦੇ ਸੀਗੇ, ਅਤੇ ਆਪਣਾ ਆ ਕੇ ਥੱਲੇ ਫਿਰ 6 ਕਿਲੋਮੀਟਰ ਇਹਦੇ ਅੰਦਰ ਆਪਣਾ ਰੈਸਟ ਕਰਦੇ ਸੀ। ਅਤੇ ਇਹਦੇ ਅੰਦਰ ਹੀ, ਕਿਉਂਕਿ ਇੱਥੇ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਇੱਥੇ ਜਾਨਵਰ ਵਗੈਰਾ ਦਾ ਵੀ ਉਸ ਟਾਈਮ 'ਤੇ ਬਹੁਤ ਡਰ ਰਹਿੰਦਾ ਸੀਗਾ। ਇਹ ਪੂਰਾ ਗੁਰਦੁਆਰਾ ਸਾਹਿਬ ਹੈ, ਇਹਦੇ ਪਿੱਛੇ ਉੱਪਰ ਦੇਖ ਲਓ ਪੂਰੇ ਰਿਹਾਇਸ਼ ਦੇ ਪ੍ਰਬੰਧ ਹੈਗੇ ਨੇ, ਉੱਪਰ ਵੀ ਸਾਰੇ ਪ੍ਰਬੰਧ ਹੈਗੇ ਨੇ, ਅਤੇ ਸਾਰਾ ਗੁਰਦੁਆਰਾ ਸਾਹਿਬ ਹੈ, ਇਹਦੇ ਅੰਦਰ ਹਾਲ ਵਗੈਰਾ ਵੀ ਅਵੇਲੇਬਲ ਹੈ, ਸਭ ਕੁਛ ਹੈਗਾ। ਬਟ ਥਿੰਗ ਇਜ਼ ਕਿ ਇਸ ਟਾਈਮ ਇੰਨੀ ਜ਼ਿਆਦਾ ਸੰਗਤ ਹੈ ਕਿ ਇੱਥੇ ਕਮਰੇ ਵਗੈਰਾ ਨਹੀਂ ਮਿਲੇ, ਅਤੇ ਇਹਦੇ ਨਾਲ ਹੀ ਜਿਵੇਂ ਪੂਰਾ ਹੋਟੈਲਸ ਵਗੈਰਾ ਸਾਰੇ ਹੈਗੇ ਨੇ। ਇਹੀ ਰੋਡ ਜਾਂਦੀ ਹੈ ਲੈਫਟ 'ਤੇ ਜਾਏਗੀ ਹੇਮਕੁੰਡ ਸਾਹਿਬ, ਰਾਈਟ 'ਤੇ ਜਾਏਗੀ ਥੱਲੇ ਗੋਬਿੰਦ ਘਾਟ ਦੀ ਤਰਫ, ਅਤੇ ਹੁਣ ਅਸੀਂ ਥੱਲੇ ਦੀ ਤਰਫ ਜਾਵਾਂਗੇ ਕਿਉਂਕਿ ਅਸੀਂ ਸਾਰੇ ਦਰਸ਼ਨ ਵਗੈਰਾ ਕਰ ਲਏ ਨੇ। ਅੰਦਰ ਇੱਥੇ ਲੰਗਰ ਹਾਲ ਹੈ। ਚਲੋ ਹੁਣ ਚੱਲਦੇ ਹਾਂ ਅੱਗੇ, ਆਪਾਂ ਕੁਛ ਬ੍ਰੇਕਫਾਸਟ ਵਗੈਰਾ ਕਰਦੇ ਹਾਂ, ਫਿਰ ਥੱਲੇ ਦੀ ਤਰਫ ਚੱਲਾਂਗੇ। ਇੱਥੇ ਰੁਕੇ ਸੀਗੇ ਪਰਾਂਠੇ ਵਗੈਰਾ ਖਾਣ ਵਾਸਤੇ, ਕਿਉਂਕਿ ਸਵੇਰ ਦਾ ਕੁਛ ਖਾਇਆ ਨਹੀਂ ਸੀ, ਬਸ ਅੱਜ ਅਸੀਂ ਗੁਰਦੁਆਰਾ ਸਾਹਿਬ ਮਤਲਬ ਗਏ ਹਾਂ, ਮੱਥਾ ਟੇਕਿਆ ਅਤੇ ਉੱਥੋਂ ਆ ਗਏ। ਅਤੇ ਪਰਾਂਠੇ ਕਿੱਦਾਂ ਦੇ ਰਹੇ ਫਿਰ? ਅਸੀਂ ਆਏ ਖਾਲਸਾ ਰੈਸਟੋਰੈਂਟ, ਕਿੱਦਾਂ ਰਿਹਾ ਖਾਲਸਾ ਰੈਸਟੋਰੈਂਟ? ਮਜ਼ਾ ਆ ਗਿਆ ਹੋ ਜੀ? ਇਹਨਾਂ ਦੇ ਰੇਟਸ ਵਗੈਰਾ ਵੀ ਇੱਕਦਮ ਅਤੇ ਨਾ ਰੇਟਸ ਵਗੈਰਾ ਵੀ ਰੀਜ਼ਨੇਬਲ ਨੇ, ਅਤੇ ਮਤਲਬ ਆ ਸਕਦੇ ਤੁਸੀਂ ਅਗਰ ਗੋਬਿੰਦ ਧਾਮ ਆਉਂਦੇ ਹੋ, ਅਤੇ ਬਈਆ ਹੈਗੇ ਆ ਵਧੀਆ ਖਾਲਸਾ ਰੈਸਟੋਰੈਂਟ, ਬਾਹਰੋਂ ਵੀ ਦਿਖਾ ਦਾਂਗਾ ਮੈਂ, ਅਤੇ ਅੱਛਾ ਹੈ ਖਾਣਾ ਵਗੈਰਾ ਰੀਜ਼ਨੇਬਲ ਪ੍ਰਾਈਜ਼ 'ਤੇ। ਹਾਂਜੀ, ਅਤੇ ਆਪਾਂ ਰਿਟਰਨ ਯਾਤਰਾ ਜਿਹੜੀ ਹੈਗੀ ਉਹ ਸਟਾਰਟ ਕਰਤੀ। ਮੰਮੀ ਯਾਰਾਂ ਨੂੰ ਅਸੀਂ ਬਿਠਾ ਦਿੱਤਾ ਖੱਚਰ 'ਤੇ, ਉਹ ਜਾ ਰਹੇ ਨੇ ਅੱਗੇ ਅੱਗੇ, ਅਤੇ ਅਸੀਂ ਸਾਰੇ ਭਾਅ ਜੀ ਦੀਪ ਸੋਨੂੰ ਭਾਅ ਜੀ ਅਤੇ ਬੰਟੀ ਭਾਅ ਜੀ ਸਾਰੇ ਜਾ ਰਹੇ ਹਾਂ ਪੈਦਲ। 10 ਕਿਲੋਮੀਟਰ ਦਾ ਟਰੈਕ ਹੈ ਰਿਟਰਨ ਟੂ ਗੋਬਿੰਦ ਘਾਟ ਫਰੋਮ ਗੋਬਿੰਦ ਧਾਮ। ਸੋ ਬੜੀ ਛੇਤੀ ਆ ਗਏ, ਬੜੀ ਛੇਤੀ ਆ ਗਏ, ਬੜੀ ਛੇਤੀ ਆ ਗਏ। ਤੁਸੀਂ ਕਿੱਥੇ ਜੀ? ਥੱਲੇ ਥੱਲੋਂ ਆ ਰਹੇ ਹੋ? ਨਾ ਜੀ, ਅਸੀਂ ਜਾ ਰਹੇ ਹਾਂ। ਅੱਛਾ, ਉਹੀ ਕਹਿ ਰਹੇ ਬੜੀ ਛੇਤੀ ਆ ਗਏ। ਹਾਂ, ਉਹੀ ਅਸੀਂ ਗੱਲ ਕਰ ਰਹੇ ਸੀ, ਮੈਂ ਕਿਹਾ ਬੜੀ ਸਪੀਡ ਰੱਖੀ ਤੁਸੀਂ। ਰਾਤੀ ਸੰਤ ਸ਼ਾਮ ਹੋ ਗਈ ਸੀ ਆਉਂਦੇ ਆਉਂਦੇ 5 ਵਜੇ, ਜਾਂਦੀ ਸ਼ਾਮ ਹੋ ਗਈ ਸੰਤ। ਉਹ ਬੰਦੇ ਸ਼ਾਰਟਕਟ ਤੋਂ ਨਹੀਂ ਆ ਪਾਏ ਜੀ, ਚੱਲਦੇ ਜਾ ਰਹੇ ਆ ਬੰਦੇ। ਆਪਾਂ ਆਏ ਸੀ ਨਾ ਜਦੋਂ, ਤੇ ਉਦੋਂ ਸਾਨੂੰ ਸ਼ਾਮ ਹੋ ਗਈ ਸੀ ਇੱਥੇ ਆਉਂਦੇ ਹੋਏ, ਬਟ ਕੋਈ ਬੰਦੇ ਆ ਵੀ ਚੁੱਕੇ ਨੇ ਇਸ ਟਾਈਮ ਇੱਥੇ, ਮਤਲਬ 10 ਵਜੇ ਨੇ। ਉਹ ਪਹਾੜੀ ਹੈ, ਤੇਰੇ ਕੋ ਕਿਆ ਵਾਗਨੇ ਕੀ ਜ਼ਿਆਦਾ ਪੜ ਜਾਤੀ ਹੈ? ਪਤਾ ਨਹੀਂ ਕਿਵੇਂ ਪਾਣੀ ਹੋ ਗਿਆ ਬੰਦੇ ਕੋ। ਕਿਆ ਹੁਆ? ਕੋਟੇ ਪਾਲਾਂ ਮੋਟਰ ਇੱਧਰ ਇੱਧਰ ਕਿਆ ਬਣ ਚੁੱਕਾ ਹੈ? ਪਹਾੜੀਆਂ ਬਣ ਚੁੱਕਾ ਮੈਂ ਟਰੈਕ ਕਰਕੇ। ਮੇਰਾ ਵਿਚਾਰ ਦੇਖੋ ਹੈਗਾ ਕਿ ਉਹਨੂੰ ਮੈਂ ਘੋੜਾ ਪਾਉਣ ਲੱਗਾ 5 ਲੱਖ ਰੁਪਏ ਦਾ, ਠੀਕ ਹੈ? ਪੜ੍ਹਾਈਆਂ ਪੜ੍ਹਾਈਆਂ ਸਾਰੇ ਦਿੱਲੀ ਦੀ ਬੰਦ ਨੇ, ਹੁਣ ਆ ਬੱਚਾ ਘੋੜਾ ਲੈ ਕੇ ਇੱਥੇ ਸਾਰੀ ਘੋੜਸਵਾਰੀ ਕਰਿਆ ਕਰੇਗਾ ਰੋਜ਼। ਇੱਕ ਹੋਟਲ ਵੀ ਲੈ ਦਾਂਗੇ ਉੱਥੇ ਨਾ, ਉਹਦੇ ਜ਼ਿਆਦਾ ਕਮਾਈ ਲੱਗ ਰਹੀ ਮੈਨੂੰ, ਇੱਕ ਨਵਾਂ ਪਾ ਲੈਂਦੇ ਉੱਥੇ। ਥੋੜ੍ਹੀ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ, ਉਮੀਦ ਤਾਂ ਹੈ।
ਕਿ 2:30 ਵਜੇ ਤੱਕ ਪਹੁੰਚ ਜਾਵਾਂਗੇ ਕੈਲਸ਼ੀਅਮ ਦੀ। ਸੋ ਜੀ ਅਸੀਂ ਮੰਮੀ ਤੇ ਦੀਦੀ ਨੂੰ ਜਿਹੜਾ ਖੱਚਰ ਕਰਾਇਆ ਉਹ ਕਰਵਾਇਆ 1200 ਰੁਪਏ ਥੱਲੇ ਜਾਣ ਵਾਸਤੇ। ਯੈਸ, ਅਗਰ ਆਫ ਸੀਜ਼ਨ ਹੋਏਗਾ ਤਾਂ ਮੇਰੇ ਹਿਸਾਬ ਨਾਲ 1000 ਰੁਪਏ ਜਾਂ 800-900 ਚ ਵੀ ਹੋ ਜਾਏਗਾ, ਬਟ ਹੁਣ ਸੀਜ਼ਨ ਹੈਗਾ ਪੀਕ। ਬਟ ਹਜੇ ਤਾਂ ਇੱਥੋਂ ਸੰਗਤ ਆਉਂਦੀ ਹੋਈ ਦਿਖ ਨਹੀਂ ਦੀ ਸਾਨੂੰ, ਕਿਉਂਕਿ ਜਿਹੜੀ ਸੰਗਤ ਆਉਂਦੀ ਹੈ ਨਾ ਉਹ ਅਪਰੋਕਸੀਮੇਟਲੀ 2-3 ਵਜੇ ਤੱਕ ਪਹੁੰਚਣਾ ਸਟਾਰਟ ਕਰਦੀ ਇੱਥੇ। ਠੀਕ ਹੈ, ਅਤੇ ਅਸੀਂ ਪਹੁੰਚ ਗਏ ਹੈਲੀਪੈਡ ਦੇ ਕੋਲ। ਸੋ ਜੀ ਆਪਾਂ ਆ ਗਏ 1 ਕਿਲੋਮੀਟਰ 'ਤੇ ਪੁੱਲਣਾ ਸ਼ਹਿਰ ਇੱਥੋਂ ਦੀ ਹੈਗਾ 9 ਕਿਲੋਮੀਟਰ, ਅਤੇ 1 ਕਿਲੋਮੀਟਰ ਅਸੀਂ ਆ ਗਏ ਹਾਂ। 9 ਕਿਲੋਮੀਟਰ ਰਹਿ ਗਿਆ ਇੱਥੋਂ ਦੀ ਪੁੱਲਣਾ ਗਾਓ। ਯੈਸ, ਅਤੇ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ। 1 ਕਿਲੋਮੀਟਰ 'ਤੇ ਅਸੀਂ ਆਈ ਥਿੰਕ ਕਵਰ ਕਰ ਲਿਆ। ਕਿੰਨੀ ਦੇਰ 'ਚ ਕਵਰ ਕਰ ਲਿਆ 1 ਕਿਲੋਮੀਟਰ? 35 ਹਾਂ, ਅਤੇ 50 ਹੋਏ ਨੇ। 15 ਮਿੰਟ 'ਚ 1 ਕਿਲੋਮੀਟਰ ਕਵਰ ਕੀਤਾ ਸੀ। ਕੀ ਹੋਇਆ ਭਾਅ ਜੀ, ਸ਼ਰਟ ਲੂਜ਼ ਹੋ ਗਈ ਆ? ਭਾਅ ਜੀ ਬਹੁਤ ਸ਼ਰਟ ਲੂਜ਼ ਹੋ ਗਈ ਆ, ਮੈਂ ਕਹਿੰਦਾ ਸਾਰੇ ਇੱਧਰ ਆਓ, ਸਾਰੇ ਇੱਧਰ ਹੋਰ। ਸਹੀ 'ਚ ਮੇਰਾ ਵੇਟ ਵੀ 90 ਸਮਥਿੰਗ ਸੀਗਾ ਅਤੇ ਵੇਟ ਆ ਰਿਹਾ 86-85। ਮੇਰਾ ਭਾਅ ਜੀ 92 ਵੇਟ ਸੀ, ਇਸ ਟਾਈਮ ਰੱਬ ਦੀ ਕਿਰਪਾ ਨਾਲ 87 ਹੋ ਗਿਆ। ਮੇਰਾ ਤਾਂ 20 ਹੋ ਗਿਆ। ਨਹੀਂ ਨਹੀਂ, 20 ਹੋ ਗਿਆ ਮੇਰਾ, ਮੇਰਾ 52 ਸੀਗਾ, ਮੇਰਾ 54 ਹੋ ਗਿਆ। ਇਹ ਅਲੱਗ ਹੀ ਖੁਸ਼ੀ 'ਚ ਬੈਠੀ ਆ। ਪਹਿਲੇ ਹੋ ਗਿਆ, ਕੰਮ ਹੋ ਗਿਆ, ਤੇਰਾ ਵੀ ਕੰਮ ਹੋ ਗਿਆ। ਮੇਰਾ 84 ਸੀ, ਮੈਂ ਹੋ ਗਿਆ, ਮੈਂ ਉੱਡ ਕੇ ਚਲੇ ਜਾਊਂਗਾ ਯਾਰ, ਸਿਪਰ ਲਗਾ ਦੂੰਗਾ। ਹੋਰ ਕੀ, ਸਭ ਦਾ 4-5 ਕਿਲੋ ਵੇਟ ਦਾ ਡਾਊਨ ਹੋ ਰਿਹਾ ਵੈਸੇ ਦੇਖਿਆ ਜਾਏ। ਇੰਨਾ ਫਰਕ ਪੈ ਜਾਂਦਾ ਹੋਰ ਜਿਆਦਾ ਡਾਊਨ ਹੋ ਜਾਏਗਾ, 4 ਕਿਲੋ ਹੋਰ ਵਧਾ ਦੇਗਾ, 4 ਕਿਲੋ ਹੋਰ ਹੋ ਜਾਏਗਾ। ਹਲੇ ਤਾਂ ਆਪਣੀ 8 ਕਿਲੋ ਵੀ ਕਿਤੇ ਪਈ ਹੋਈ ਹੈ, ਦੇਖ ਨਾ ਅੱਗੇ ਪਤਲਾ ਹੋ ਗਿਆ ਕਿ ਨਾ। ਮੈਨੂੰ ਤਾਂ ਉਹਨਾਂ ਹੀ ਲੱਗ ਰਿਹਾ, ਬਾਹਰ ਆ ਰਿਹਾ ਸੀ ਇਹਨਾਂ ਨੇ, ਟਿੜ ਬਾਹਰ ਨਹੀਂ ਸੀ, ਟਿੜ ਅਜੇ ਵੀ ਹੈਗਾ। ਹਾਂ ਇਹ ਕਿਹੜਾ ਟਿੜ ਤੇ ਉੱਥੇ ਹੀ ਖੜਾ ਹੈ, ਉਹਨਾਂ ਨੇ ਟਿੜ ਤੇ ਉੱਥੇ ਹੀ ਖੜਾ ਹੈ। ਇਹਦਾ ਮੈਂ ਦੁਬਾਰਾ ਨਾ ਮਾਰ ਗਿਆ, ਚਲੋ ਠੀਕ ਨਾ ਭਾਈ, ਇਹਨਾਂ ਵਿੱਚ ਜ਼ਿਆਦਾ ਹੀ ਪਿਆ ਚੜੇ ਹੋਏ ਆ ਬਸ ਪਾੜੀਏ। ਹੁਣ ਬਾਬਾ ਜੀ ਜਦੋਂ ਦੁਬਾਰਾ ਬੁਲਾਣਗੇ ਉਦੋਂ ਆਵਾਂਗੇ ਅਸੀਂ। ਦੇਖੋ ਜੀ ਆਪਾਂ ਥੱਲੇ ਦੀ ਟਰੈਕ ਹੀ ਕਰ ਰਹੇ ਹਾਂ, ਬਟ ਇੱਥੇ ਨਾ ਬਹੁਤ ਸਾਰੇ ਮਧੂਮੱਖੀਆਂ ਛੱਤ 'ਤੇ ਦਿਖੇ ਸਾਨੂੰ, ਉਹ ਦੇਖੋ ਬਹੁਤ ਸਾਰੇ, ਆਹ ਦੇਖੋ 7-8 ਨੇ ਘੱਟੋ ਘੱਟ। ਸੋ ਜੀ ਆਪਾਂ ਚੱਲਦੇ ਚੱਲਦੇ ਆਲਮੋਸਟ ਕਵਰ ਕਰ ਲਿਆ, 5 ਕਿਲੋਮੀਟਰ 'ਤੇ ਅਸੀਂ ਆ ਗਏ ਹਾਂ ਉਸੇ ਝਰਨੇ ਦੇ ਕੋਲ ਵਾਪਸ, ਜਿੱਥੋਂ ਦੀ ਆਪਾਂ ਆਪਣੀ ਖੜੀ ਚੜ੍ਹਾਈ ਚਾਲੂ ਕੀਤੀ ਸੀ, ਜਿੱਥੇ ਸਮਝੋ ਇਹ ਝਰਨਾ ਆ ਜਾਂਦਾ ਨਾ, ਉਸ ਤੋਂ ਬਾਅਦ ਜੋ ਟਰੈਕ ਹੈ ਉਹ ਥੋੜ੍ਹਾ ਜਿਹਾ ਹੋਰ ਡਿਫੀਕਲਟ ਹੋ ਜਾਂਦਾ, ਹੋਰ ਇੱਕਦਮ ਸਿੱਧਾ ਟਰੈਕ ਹੋ ਜਾਂਦਾ ਉੱਪਰ ਤੱਕ, 4.5 ਕਿਲੋਮੀਟਰ ਦੇ ਅਰਾਊਂਡ ਰਹਿੰਦਾ ਪੂਰਾ ਟਰੈਕ। ਅਤੇ ਚਲੋ ਇਸ ਤੋਂ ਬਾਅਦ ਇੱਥੇ ਕੁਝ ਫੋਟੋ ਵਗੈਰਾ ਕਲਿੱਕ ਕਰਾ ਕੇ ਫਿਰ ਚੱਲਦੇ ਹਾਂਗੇ। ਆਪਾਂ ਆ ਗਏ ਹਾਂ ਇਸ ਪੁੱਲ ਦੇ ਕੋਲ, ਅਤੇ ਇੱਥੇ ਨਾ 2 ਰਸਤੇ ਜਾਂਦੇ ਨੇ, ਇੱਕ ਰਸਤਾ ਜਾਂਦਾ ਇੱਥੋਂ ਦੀ ਥੱਲੋਂ ਦੀ ਹੋ ਕੇ ਪੁਰਾਣੇ ਪੁੱਲ ਦੇ ਤਰਫ ਤੋਂ, ਔਰ ਇੱਕ ਜਾਂਦਾ ਉੱਤੋਂ ਦੀ ਹੋ ਕੇ। ਅਤੇ ਤੁਹਾਨੂੰ ਸੁਜੈਸ਼ਨ ਹੈ ਕਿ ਜਦੋਂ ਤੁਸੀਂ ਆ ਰਹੇ ਹੋ ਯਾਤਰਾ ਲਈ, ਇਹ ਦੇਖੋ ਥੱਲੇ ਬੰਦੇ ਜਾ ਰਹੇ ਨੇ ਨਾ, ਇਹ ਦੇਖੋ ਇਹ ਉੱਪਰ ਆ ਰਹੇ ਨੇ, ਅਤੇ ਜਦੋਂ ਤੁਸੀਂ ਯਾਤਰਾ ਕਰਨ ਆ ਰਹੇ ਹੋ ਤਾਂ ਤੁਸੀਂ ਥੱਲੋਂ ਆਓ, ਕਿਉਂਕਿ ਉਹ ਡਾਊਨਵਰਡ ਸਲੋਪ ਹੈਗਾ। ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ, ਅਤੇ ਵਾਪਸ ਜਾਣ ਵਾਸਤੇ ਉੱਪਰ ਵਾਲਾ ਰਸਤਾ ਡਾਊਨਵਰਡ ਨੂੰ ਸਲੋਪ ਹੈ, ਅਤੇ ਆਉਣ ਵਾਸਤੇ ਉਹ ਫਿਰ ਅਪਵਰਡ ਸਲੋਪ ਹੋ ਜਾਏਗਾ, ਜੋ ਕਿ ਬੜਾ ਡਿਫੀਕਲਟ ਹੋਏਗਾ। ਸੋ ਜੀ ਇਹ ਹੈਗਾ ਪੁੱਲ ਜਿਹੜਾ ਨਵਾਂ ਬਣਿਆ, ਇੱਕ ਪੁੱਲ ਥੱਲੇ ਹੈਗਾ। ਹੈਗਾ ਹੇਮਕੁੰਡ ਸਾਹਿਬ ਦੀ ਤਰਫ ਤੋਂ ਸੇਵਾ ਸਿਮਰਨ ਸੁਸਾਇਟੀ ਦਾ ਕੈਂਪ, ਮੈਡੀਕਲ ਕੈਂਪ ਤੁਸੀਂ ਕਹਿ ਸਕਦੇ ਹੋ, ਅਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ, ਮਤਲਬ
ਸੋ ਜੀ ਇੱਥੇ ਲੰਗਰ ਵੀ ਅਵੇਲੇਬਲ ਹੈਗਾ, ਤੁਸੀਂ ਲੰਗਰ ਖਾਣਾ ਹੋਵੇ ਇੱਥੇ ਲੰਗਰ ਵੀ ਹੈਗਾ। ਅਤੇ ਉਸ ਤੋਂ ਇਲਾਵਾ ਸੋ ਜੀ ਇੱਥੇ ਚੱਲ ਰਹੇ ਹਾਂ ਸੇਵਾ ਮਾਲਿਕ ਦੀ। ਔਰ ਇੱਥੇ ਮੈਡੀਕਲ ਫੈਸਿਲਿਟੀ ਵੀ ਸਾਰੀ ਅਵੇਲੇਬਲ ਹੈਗੀ ਹੈ ਔਰ ਇੱਧਰ ਲੰਗਰ ਵੀ ਚੱਲ ਰਿਹਾ। ਸੋ ਜੀ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਜਿਹੜਾ ਉਤਸ਼ਾਹ ਹੈ ਨਾ ਪੂਰਾ, ਠੀਕ ਹੈ। ਅਸੀਂ ਜਦੋਂ ਜਾ ਰਹੇ ਸੀ ਅਤੇ ਉੱਪਰ ਵੀ ਅਸੀਂ ਵਿਖਾਇਆ ਬਹੁਤ ਸੰਗਤ ਸੀ ਜੀ। ਅਤੇ ਜੂਨ ਦੇ ਮੰਥ ਵਿੱਚ ਸੰਗਤ ਤੁਹਾਨੂੰ ਜ਼ਿਆਦਾ ਹੀ ਮਿਲੇਗੀ ਅਤੇ ਉੱਪਰ ਹਰ ਇੱਕ ਚੀਜ਼ ਕੋਸਟਲੀ ਮਿਲੇਗੀ। ਅਸੀਂ ਮਤਲਬ ਬਿਲਕੁਲ ਨੇੜੇ ਹਾਂ ਜੰਗਲ ਚੱਟੀ ਦੇ ਆਈ ਥਿੰਕ, ਅਤੇ ਜੰਗਲ ਚੱਟੀ ਤੋਂ 2 ਕਿਲੋਮੀਟਰ ਦਾ ਰਸਤਾ ਹੈ ਅਤੇ ਸੰਗਤ ਬਿਲਕੁਲ ਮਤਲਬ ਫੁੱਲ ਪਾਵਰ ਆ ਰਹੀ ਹੈ ਇੱਥੇ। ਚਲੋ ਵਧੀਆ ਗੱਲ ਹੈ, ਦਰਸ਼ਨ ਕਰਨੇ ਚਾਹੀਦੇ ਨੇ ਬਾਬਾ ਜੀ ਦੇ, ਇੰਨਾ ਵੱਡਾ ਤਪ ਸਥਲ ਹੈ, ਜ਼ਰੂਰ ਆਓ ਤੁਸੀਂ ਵੀ ਦਰਸ਼ਨ ਕਰੋ ਬਾਬਾ ਜੀ ਦੇ। ਮਤਲਬ ਉੱਪਰ ਤੇ ਜਿੰਨਾ ਕੁਛ ਸੋਹਣਾ ਹੈ ਨਾ, ਮਤਲਬ ਆਈ ਕਾਂਟ ਐਕਸਪਲੇਨ ਦੈਟ, ਯੂ ਹੈਵ ਟੂ ਕਮ ਐਂਡ ਫੀਲ ਦੈਟ ਥਿੰਗ, ਬਹੁਤ ਸੋਹਣਾ। ਉੱਪਰ ਜਾ ਕੇ ਤੁਹਾਨੂੰ ਖੁਦ ਹੀ ਦੇਖਣਾ ਪਵੇਗਾ ਕਿ ਕਿਆ ਜਗ੍ਹਾ 'ਤੇ ਮਤਲਬ ਬਾਬਾ ਜੀ ਭਗਤੀ ਕੀ ਕਰਦੇ ਹੁੰਦੇ ਸੀਗੇ, ਬਹੁਤ ਸੋਹਣੀ ਜਗ੍ਹਾ ਸੀ। ਨਾਲ ਹੀ ਲੋਕਪਾਲ ਲਕਸ਼ਮਣ ਜੀ ਦਾ ਮੰਦਿਰ ਹੈਗਾ, ਉਹਦੇ ਵੀ ਦਰਸ਼ਨ ਕਰੋ, ਬਹੁਤ ਸੋਹਣਾ ਮੰਦਿਰ ਬਣਿਆ ਹੋਇਆ, ਉਹ ਵੀ ਉਹਦੀ ਵੀ ਸੇਵਾ ਚੱਲ ਰਹੀ ਹੈ ਅਤੇ ਉਹਨੂੰ ਵੀ ਆਈ ਥਿੰਕ ਤਿਆਰ ਕਰਨਗੇ ਹੋਰ ਵੱਡਾ ਕਰਕੇ, ਮਤਲਬ ਪ੍ਰੋਪਰ ਸੋਹਣਾ ਜਿਹਾ ਬਣਾਉਣਗੇ। ਵੈਸੇ ਵੀ ਸੋਹਣਾ ਹੈ ਬਟ ਹੋਰ ਅੱਛੇ ਤਰੀਕੇ ਨਾਲ ਉਹਨੂੰ ਮਤਲਬ ਬਣਾਇਆ ਜਾਏਗਾ। ਸੋ ਜੀ ਸੰਗਤ ਸਾਡੀ ਥੱਕ ਗਈ ਹੈ ਇੱਥੇ ਅਤੇ ਆਪਾਂ ਕਰ ਰਹੇ ਹਾਂ ਥੋੜ੍ਹਾ ਜਿਹਾ ਰੈਸਟ, ਹੋਰ ਕੁਛ ਸੰਗਤ ਪਿੱਛੇ ਰਹਿ ਗਈ ਹੈ ਅਤੇ ਕੁਛ ਅੱਗੇ ਚਲੀ ਗਈ ਹੈ। ਅੱਛਾ ਉਹ ਵੀ ਵੇਟ ਕਰ ਰਹੇ ਆ ਅਤੇ ਪਿੱਛੇ ਵਾਲੀ ਸੰਗਤ ਜ਼ਿਆਦਾ ਹੀ ਪਿੱਛੇ ਚਲੀ ਗਈ ਮੈਨੂੰ ਲੱਗਦਾ, ਥੋੜ੍ਹਾ ਜ਼ਿਆਦਾ ਲੱਗ ਰਿਹਾ ਮੈਨੂੰ, ਅਸੀਂ ਬਹੁਤ ਫਾਸਟ ਫਾਸਟ ਆ ਗਏ ਹੁਣ। ਚਲੋ ਆ ਹੀ ਜਾਣਗੇ ਪਿੱਛੇ ਪਿੱਛੇ। ਆਪਾਂ ਆ ਗਏ ਜੰਗਲ ਚੱਟੀ ਅਤੇ ਕ੍ਰੋਸ ਕਰ ਲਿਆ 0 ਕਿਲੋਮੀਟਰ ਅਤੇ ਆਪਣਾ ਹੁਣ ਨੈੱਟ ਐਗਜੈਕਟ ਜਿਹੜਾ ਰਹਿ ਗਿਆ ਡਿਸਟੈਂਸ ਹੋਏਗਾ 2 ਕਿਲੋਮੀਟਰ ਦਾ, ਟਾਈਮ ਹੋ ਗਿਆ 2 ਵਜੇ ਦਾ ਅਤੇ ਹੋਪਫੁਲੀ 2 ਕਿਲੋਮੀਟਰ ਇੱਕ ਘੰਟੇ ਹੋ ਜਾਏਗੇ ਕਵਰ ਕਰਨੇ ਪੜੇਗੇ। ਪਰ ਰਸਤਾ ਵੀ ਉੱਪਰ ਜਾ ਰਿਹਾ, ਕਦੀ ਉੱਪਰ ਜਾ ਰਿਹਾ, ਮੋਸਟਲੀ ਵੈਸੇ ਥੱਲੇ ਅਗਰ ਆਉਣਾ ਨਾ ਤਾਂ ਈਜ਼ੀ ਹੈ, ਮਤਲਬ ਥੋੜ੍ਹਾ ਬਹੁਤ ਹੀ ਟਰੈਕ ਹੈਗਾ ਜਿਹੜਾ ਅਪਵਰਡ ਦੀ ਤਰਫ ਹੈ, ਅਦਰਵਾਈਜ਼ ਸਾਰਾ ਡਾਊਨਵਰਡ ਦੀ ਤਰਫ ਹੀ ਹੈ ਅਤੇ ਸਮਹਾਓ ਈਜ਼ੀ ਆ। ਬਟ ਅਸੀਂ ਚੱਲੇ ਸੀ 9:30, ਕਿਤਨਾ ਹੀ ਹੋ ਗਿਆ ਬਾਈ ਆਲਰੇਡੀ, ਟਾਈਮ 5 ਘੰਟੇ ਲੱਗ ਹੀ ਜਾਣਗੇ ਥੱਲੇ ਆਉਂਦੇ ਆਉਂਦੇ। ਫਾਈਨਲੀ ਅਸੀਂ ਥੱਲੇ ਆ ਗਏ ਆਲਮੋਸਟ, ਮਤਲਬ ਇੱਥੇ ਖੱਚਰ ਦਾ ਜੋ ਹੈਗਾ ਨਾ ਸਟੇਸ਼ਨ ਉਹ ਦਿਖ ਗਿਆ ਸਾਨੂੰ,
स्टेशन ही बोलते हैं हम तो, बस स्टेशन होता है जैसे बस स्टैंड होता है, खच्चर स्टैंड है ये तो। आप बस 250 मीटर होर थले एंड असी साड़ा ट्रैक कंप्लीट हो जाएगा, दैन फिर कैब लैके जाने गोविंद घाट। वो वेखो सामने इन्ना कोई रह गया, बट बारिश आ गई। एक प्रॉब्लम सब तो वड्डी आए कि हुण असीं फटाफट जाइए तो गड्डी 'च बैठिए तो गुरुद्वारा साहब पहुँचिए, फिर नाल ही वो सामने खच्चर स्टेशन है तो पहुँच ही गए ऑलमोस्ट। वो सामने देखी गया पुलना गाँव, बारिश तेज ना हो बस। हाँ जी की होया जी, फाइनली आप पहुँच गए गोविंद घाट से। वो भी असी है जी शेयरिंग कैब के अंदर, बस पुल पार कर रहे हैं जोड़ा है इतने का, ऑलमोस्ट पहुँच ही गए हैं पूरा ट्रैक कंप्लीट करके। अच्छा तुसी भी आ गए उतरना बड़ा पहले हाँ बहुत जोर लगाना पैंदा है उतरना। असि आए थे सी शिमला तो जदों किन्ना औखा है थले डिग एवं ठिंगर नु हो जांदा बंदा घोड़ा एवं होंदा है पर उतरिया नहीं जाना तुहाडे कोलो बहुत औखा होया पिया काम किवें आए उतर के सानू ही पता। तुम भी आ गए मैं भी आ गई पैदल ही आ गई जी। आप निकल रहे हैं गुरुद्वारा श्री हेमकुंड साहिब गोबिंद घाट तो, अपना यात्रा हो गई कंप्लीट तो असी डिसाइड किया कि असी निकलांगे इतों की तो जावांगे। पता मैं बारिश आ रही है इतने भी गिरा ना देना क्योंकि मैं लैपटॉप इतने डिपॉजिट कराया सी अपना काउंटर से। इतने मतलब ऑप्शन होंगे कि जो कोई जिम्मे कीमती समान है जो लट से लैपटॉप है ना तो तुम वो गठरी घर जमा नहीं कराना, इंस्टड तुसी उन्हें जमा कराना अपना जिथे कमरे मिलते हैं वो नाल ही काउंटर है उत्थे। ते लास्ट गुड बाय टू गुरुद्वारा श्री हेमकुंड साहिब गोबिंद घाट। वाहेगुरु जी का खालसा वाहेगुरु जी की फतेह। चलो जी असी चलते हैं गड्डी की तरफ क्योंकि बारिश आ रही है नाल पानी का फ्लो भी देखो कितना ही तेज होया पे अज तक और ज़्यादा तेज लग रहा। तो जीप जा रही अगे अगे बाकी सब जा चुके ने ते समान सारा अपना गड्डी च ही है क्योंकि इतने रुकन का अजे कोई हाल नहीं है, अजे संगत आई नहीं है। अदरवाइज इतने हम इस टाइम से इन्नी भीड़ मतलब संगत नहीं आई थी बट हौली हौली संगत आन लग जाएगी तो इतने रुकन का फिर इदा कोई फायदा भी नहीं है। हुण आप दर्शन करने से वो आप कर ले वधिया ते जी नाल चल रही है। वो देखो कितनी ज़्यादा अग्रेसिव हो रखी है वो देखो तो वो पुल है उतों की जाती यात्रा उपर की तरफ ते जा रहे अपन अपनी कार की तरफ ते इतों निकलांगे ते जावांगे गुरुद्वारा श्री श्रीनगर जिहड़ा हैगा अपना हेमकुंड साहिब। सानू रुकना पेगा कि इतों डायरेक्ट असी दिल्ली जा नहीं सकते।
ਨਿਕਲ ਗਏ ਗੋਬਿੰਦ ਧਾਮ ਤੋਂ ਅਤੇ ਇੱਥੇ ਜੋਸ਼ੀ ਮੱਠ 'ਚ ਨਾ ਆਉਂਦੇ ਹੋਏ ਵੀ 2-2.5 ਘੰਟੇ ਦਾ ਜਾਮ ਸੀ, ਹੁਣ ਜਾਂਦੇ ਹੋਏ ਵੀ ਜਾਮ ਦਿਖ ਰਿਹਾ ਪਰ ਗੱਡੀਆਂ ਨਿਕਲਦੀਆਂ ਲੱਗ ਰਹੀਆਂ, ਬਟ ਇੱਥੇ ਬਾਰਿਸ਼ ਆ ਰਹੀ ਹੈ ਤਗੜੀ ਬਸ। ਚਲੋ ਗੱਡੀਆਂ ਨਿਕਲਣੀਆਂ ਸਟਾਰਟ ਹੋ ਗਈਆਂ, ਚਲੋ ਦੇਖ ਹੀ ਰਿਹਾ। Oh,